ਅੱਜ ਮੈਂ ਆਪਣੀ ਕਿਚਨ ਪੈਂਟਰੀ ਨੂੰ ਆਰਗੇਨਾਈਜ਼ ਕਰੂੰਗੀ ਸਭ ਤੋਂ ਪਹਿਲਾਂ ਤਾਂ ਇਹਦੀ ਹਾਲਤ ਦੇਖ ਲਓ ਬਹੁਤ ਹੀ ਖਰਾਬ ਹੋਈ ਆ ਐਂਡ ਅੱਜ ਮੈਂ ਨਵੇਂ ਕੰਟੇਨਰਸ ਵੀ ਐਡ ਕਰਨੇ ਆ ਰੀਫਿਲ ਵੀ ਕਰੂੰਗੀ ਐਂਡ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਡਿਟੇਲ ਚ ਸ਼ੇਅਰ ਕਰੂੰਗੀ ਕਿਚਨ ਪੈਂਟਰੀ ਨੂੰ ਆਰਗੇਨਾਈਜ਼ ਕਰਨ ਤੋਂ ਪਹਿਲਾਂ ਸਾਰੀਆਂ ਚੀਜ਼ਾਂ ਨੂੰ ਮੈਂ ਆਊਟ ਕਰੂੰਗੀ ਇਹਦੇ ਨਾਲ ਫਿਰ ਨਾਈਟਸਲੀ ਕਲੀਨ ਹੋ ਜਾਂਦਾ ਐਂਡ ਡੀ ਕਲਟਰ ਹੋ ਜਾਂਦਾ ਆ ਸੋ ਮੇਰੀ ਹੈਬਿਟ ਆਫਟਰ 2-3 ਮੰਥਸ ਜਿੰਨੇ ਵੀ ਮੇਰੇ ਕੰਟੇਨਰਸ ਹੁੰਦੇ ਆ ਉਹਨਾਂ ਨੂੰ ਮੈਂ ਸਾਰੀਆਂ ਚੀਜ਼ਾਂ ਨੂੰ ਲਾਈਕ ਆਊਟ ਕਰਕੇ ਫਿਰ ਉਹਨਾਂ ਨੂੰ ਮੈਂ ਚੰਗੀ ਤਰ੍ਹਾਂ ਵਾਸ਼ ਕਰਕੇ ਫਿਰ ਰੀਫਿਲ ਕਰ ਇਹਰ ਤੁਹਾਡੇ ਜਿਹੜੇ ਗਲਾਸ ਦੀ ਬਿਊਟੀ ਆ ਨਾ ਉਹ ਵੀ ਕਲੀਨ ਲੱਗਦੀ ਆ ਸੋਹਣੇ ਲੱਗਦੇ ਆ ਸੋ ਹੁਣ ਮੇਰੀ ਕਿਚਨ ਪੈਂਟਰੀ ਹੋਰ ਗਈ ਆ ਕਲੀਨ ਸੋ ਆਹ ਲਾਈਨਰ ਮੈਂ ਤੁਹਾਨੂੰ ਲੱਗੇ ਸ਼ੇਅਰ ਵੀ ਕੀਤਾ ਸੀ ਤੁਹਾਨੂੰ ਈਜ਼ੀਲੀ ਮਿਲ ਜਾਂਦਾ ਐਂਡ ਇਹਨੂੰ ਕਲੀਨ ਕਰਨਾ ਬਹੁਤ ਈਜ਼ੀ ਹੁੰਦਾ ਆ ਸੋ ਇਹ ਪੇਪਰ ਵਾਲਾ ਲਾਈਨਰ ਆ ਐਡਹੀਸਿਵ ਆ ਇਹਦੇ ਥੱਲੇ ਆਲਰੇਡੀ ਗਲੂ ਹੁੰਦਾ ਐਂਡ ਤੁਸੀਂ ਇਹਨੂੰ ਕਦੀ ਵੀ ਚੇਂਜ ਕਰ ਸਕਦੇ ਆ ਤੁਹਾਡੀ ਸ਼ੈਲਫ ਨੂੰ ਕਦੀ ਖਰਾਬ ਨਹੀਂ ਕਰਦਾ ਸੋ ਮੈਂ ਲਗਾਇਆ ਬੈਕ ਤੇ ਐਂਡ ਟੌਪ ਸ਼ੈਲਫ ਤੇ ਐਂਡ ਹੁਣ ਮੈਂ ਇਹਨਾਂ ਨੂੰ ਕਲੀਨ ਕਰੂੰਗੀ ਐਂਡ ਫਿਰ ਆਪਾਂ ਸਾਰੀਆਂ ਚੀਜ਼ਾਂ ਨੂੰ ਆਰਗੇਨਾਈਜ਼ ਕਰਾਂਗੇ ਅੱਜ ਮੈਂ ਆਪਣੀ ਕਿਚਨ ਪੈਂਟਰੀ ਦੇ ਵਿੱਚ ਨਿਊ ਮੈਸਨ ਜਾਰਸ ਐਡ ਕਰੂੰਗੀ ਇਹ ਮੈਸਨ ਜਾਰਸ ਮੈਂ ਲਈ ਸੀ ਕਾਸਕੋ ਤੋਂ ਐਂਡ ਤੁਹਾਨੂੰ Amazon ਤੋਂ ਵੀ ਮਿਲ ਜਾਂਦੇ ਆ ਸਮ ਟਾਈਮ Home Sense ਤੋਂ ਜੇ ਤੁਸੀਂ ਇੰਡੀਵਿਜੂਅਲ ਲੈਣਿਆ ਤਾਂ ਰਾਊਂਡ 15 20 ਡਾਲਰ ਦਾ ਇੱਕ ਹੀ ਮਿਲਦਾ ਐਂਡ ਆਈ ਗਾਟ ਥਿਸ 4 ਪੀਸਸ ਇਨ 19 20 ਡਾਲਰ ਸੋ ਆਈ ਗਾਟ ਟੂ ਬਾਕਸੇਸ ਐਂਡ ਫਿਰ ਮੈਂ ਇਹਨਾਂ ਨੂੰ ਵਾਸ਼ ਕਰ ਲਿਆ ਸੀਗਾ ਇੱਕ ਦਿਨ ਪਹਿਲਾਂ ਹੈਂਡ ਚੰਗੀ ਤਰ੍ਹਾਂ ਇਹਨਾਂ ਨੂੰ ਫਿਰ ਮੈਂ ਡਰਾਈ ਕਰ ਲਿਆ ਐਂਡ ਡਰਾਈ ਕਰਕੇ ਨਾਓ ਮਾਈ ਮਿਸਨ ਜਾਰਸ ਰੈਡੀ ਹੁਣ ਮੈਂ ਆਪਣੀ ਕਿਚਨ ਪੈਂਟਰੀ ਦੀ ਹਰ ਇੱਕ ਚੀਜ਼ ਨੂੰ ਆਰਗੇਨਾਈਜ਼ ਕਰੂੰਗੀ ਰੀਫਿਲ ਕਰੂੰਗੀ ਐਂਡ ਤੁਸੀਂ ਟ੍ਰਾਈ ਕਰੋ ਚਲੋ ਰੀਫੰਡ ਕਰਦੇ ਆਂ ਫੂਡ ਨੂੰ ਮੈਂ ਆਪਣੇ ਹਮੇਸ਼ਾ ਕਲੀਅਰ ਕੰਟੇਨਰਸ ਦੇ ਵਿੱਚ ਰੱਖਦੀ ਆਂ ਐਂਡ ਟੌਪ ਤੇ ਫਿਰ ਵੀ ਮੈਂ ਲੇਬਲਸ ਯੂਜ਼ ਕਰਦੀ ਆਂ ਐਂਡ ਇਹ ਲੇਬਲਸ ਮੈਂ ਆਰਡਰ ਕੀਤੇ ਸੀ ਫ্রম ਐਮਾਜ਼ਨ ਜੇ ਤੁਸੀਂ ਵਾਸ਼ ਵੀ ਕਰਦੇ ਆਂ ਕਦੇ ਵੀ ਖਰਾਬ ਨਹੀਂ ਹੁੰਦੇ ਜੇ ਤੁਸੀਂ ਉੱਪਰ ਹੱਥ ਲਗਾਉਂਦੇ ਫਿਰ ਵੀ ਇਹ ਖਰਾਬ ਨਹੀਂ ਹੁੰਦੇ ਸੋ ਇਦਾਂ ਦੇ ਲੇਬਲਸ ਤੁਸੀਂ ਲਗਾ ਸਕਦੇ ਆਂ ਆਪਣੇ ਫੂਡ ਕੰਟੇਨਰਸ ਤੇ ਆਲ ਟਾਈਪ ਆਫ ਫਲਾਵਰਸ ਮੈਂ ਇਦਾਂ ਦੇ ਗਲਾਸ ਕੰਟੇਨਰਸ ਦੇ ਵਿੱਚ ਆਰਗੇਨਾਈਜ਼ ਕਰਦੀ ਆ ਇਹ ਏ ਟਾਈਪ ਕੰਟੇਨਰਸ ਆ ਜਿੰਨੇ ਵੀ ਤੁਹਾਡੇ ਫਲਾਵਰਸ ਹੁੰਦੇ ਆ ਡਰਾਈ ਫਾਸਟਾ ਡਰਾਈ ਫੂਡ ਉਹਨਾਂ ਨੂੰ ਤੁਸੀਂ ਏ ਟਾਈਟ ਕੰਟੇਨਰਸ ਦੇ ਵਿੱਚ ਰੱਖਿਆ ਕਰੋ ਜਦੋਂ ਤੁਸੀਂ ਏ ਟਾਈਟ ਕੰਟੇਨਰ ਦੇ ਵਿੱਚ ਰੱਖਦੇ ਆ ਤਾਂ ਫਿਰ ਤੁਹਾਡਾ ਫੂਡ ਖਰਾਬ ਨਹੀਂ ਹੁੰਦਾ ਕਿਚਨ ਪੈਂਟਰੀ ਦੀਆਂ ਸਾਰੀਆਂ ਚੀਜ਼ਾਂ ਨੂੰ ਮੈਂ ਰੀਫਿਲ ਕਰ ਲਿਆ ਆ ਐਂਡ ਹੁਣ ਮੈਂ ਆਪਣੀ ਕਿਚਨ ਪੈਂਟਰੀ ਨੂੰ ਆਰਗੇਨਾਈਜ਼ ਕਰਾਂਗੀ ਇਹ ਸ਼ੈਲਫ ਤੇ ਮੈਂ ਇਹ ਨਾਨ ਸਲਿੱਪ ਵਾਲਾ ਲਾਈਨਰ ਲਾਇਆ ਐਂਡ ਇਹਨੂੰ ਤੁਸੀਂ ਡਾਲਲਰ ਸਟੋਰ ਤੋਂ ਵਾਲਮਾਰਟ ਤੋਂ ਲੈ ਸਕਦੇ ਆ ਇਵਨ ਐਮਾਜ਼ਨ ਤੋਂ ਫਿਰ ਸਲਿੱਪ ਨਹੀਂ ਹੁੰਦੇ ਤੁਹਾਡੇ ਕੰਟੇਨਰ ਐਂਡ ਹੁਣ ਮੈਂ ਹਾਰੇ ਇੱਕ ਚੀਜ਼ ਨੂੰ ਆਰਗੇਨਾਈਜ਼ ਕਰਾਂਗੀ ਵਾਂਸ ਅਗੇਨ ਆ ਜਿਹੜੇ ਕੰਟੇਨਰ ਆ ਕੋਸਕੋ ਤੋਂ ਲੈ ਸਕਦੇ ਆ ਔਰ ਐਮਾਜ਼ਨ ਤੋਂ These all glass container I got from HomeSense if you live in a Canada then you can check HomeSense Winners or Marshall These glass container I got from Dollar Store These all mason jars I got from Costco or you can get from Amazon. ਆਲ ਟਾਈਪ ਆਫ ਟੀ ਬੈਗਸ ਮੈਂ ਇਦਾਂ ਦੇ ਆਰਗੇਨਾਈਜ਼ਰਸ ਵਿੱਚ ਰੱਖਦੀ ਆ ਤੁਹਾਨੂੰ ਹੋਮ ਸੈਂਸ ਤੋਂ ਮਿਲ ਜਾਂਦਾ ਇਵਨ ਤੁਸੀਂ ਟਰਾਈ ਕਰ ਸਕਦੇ ਹੋ ਨਾ ਐਮਾਜ਼ਨ ਐਂਡ ਨਾਓ ਜਿੰਨੀ ਵੀ ਤੁਹਾਡੇ ਕੋਲ ਰੀਫਿਲਸ ਹੁੰਦੀ ਆ ਐਕਸਟਰਾ ਗਰੋਸਰੀ ਹੁੰਦੀ ਆ ਉਹਨਾਂ ਨੂੰ ਤੁਸੀਂ ਇਦਾਂ ਦੀਆਂ ਬਾਸਕਟਸ ਦੇ ਵਿੱਚ ਰੱਖ ਸਕਦੇ ਆ ਜਿਹੜੇ ਪੈਕੇਟਸ ਹੁੰਦੇ ਆ ਤੁਸੀਂ ਰੀਫਿਲ ਕਰਨਾ ਹੁੰਦਾ ਲੇਟਰ ਤਾਂ ਇਦਾਂ ਦੀਆਂ ਜਿਹੜੀਆਂ ਬਾਸਕਟਸ ਹੁੰਦੀ ਆ ਉਹਨਾਂ ਦੇ ਵਿੱਚ ਲੂਜ਼ ਗਰੋਸਰੀ ਤੁਸੀਂ ਇਦਾਂ ਰੱਖ ਸਕਦੇ ਆ ਲਾਈਕ ਇਨਾ ਪੈਕੇਟਸ ਨੈਕਸਟ ਇਦਾਂ ਦੀਆਂ ਬਾਸਕਟਸ ਦੇ ਵਿੱਚ ਮੈਂ ਸੈਂਡਵਿਚ ਬੈਗ ਫੋਇਲ ਇਦਾਂ ਦੀਆਂ ਸਾਰੀਆਂ ਚੀਜ਼ਾਂ ਵੀ ਰੱਖਦੀ ਆ ਐਂਡ ਤੁਸੀਂ ਇਹ ਵਿੱਚ ਕੰਟੇਨਰਸ ਬੋਟਲਸ ਵੀ ਰੱਖ ਸਕਦੇ ਹਾਂ ਬਟ ਉਹ ਅਪਕਮਿੰਗ ਵੀਡੀਓ ਚ ਸ਼ੇਅਰ ਕਰੂੰਗੀ ਕਿ ਮੈਂ ਆਪਣੇ ਫੂਡ ਕੈਨਸ ਜਿਹੜੇ ਉਹਨਾਂ ਨੂੰ ਕਿਤ ਤਰ੍ਹਾਂ ਆਰਗੇਨਾਈਜ਼ ਕਰਦੀ ਹਾਂ ਸਪਾਈਸਿਸ ਕਿਤ ਤਰ੍ਹਾਂ ਆਰਗੇਨਾਈਜ਼ ਕਰਦੀ ਹਾਂ ਬਾਟਮ ਸ਼ਾਰਟੇ ਇਹ ਬਾਸਕਟ ਰੱਖ ਕੇ ਇਹਦੇ ਵਿੱਚ ਮੈਂ 올 ਕਿਚਨ ਟਾਵਲਸ ਰੱਖਦੀ ਹਾਂ ਬਾਟਮ ਸ਼ੈਲਫ ਤੇ ਮੇਰੇ ਕੋਲ ਹੈਗੇ ਆ ਕੁਝ ਕੰਟੇਨਰ ਜਿਨ੍ਹਾਂ ਦੇ ਵਿੱਚ ਸਾਰੀਆਂ ਰੀਫਿਲਸ ਹੁੰਦੀਆਂ ਐ ਐਕਸਟਰਾ ਗ੍ਰੋਸਰੀ ਹੁੰਦੀ ਐ ਜਿਹੜਾ ਮੈਂ ਗ੍ਰੋਸਰੀ ਕਰਕੇ ਲੈ ਕੇ ਆਉਂਦੀ ਆ ਤੇ ਇਹਨਾਂ ਦੇ ਵਿੱਚ ਹੀ ਰੱਖਦੀ ਆ ਇਹ ਤੁਹਾਨੂੰ ਐਮਾਜ਼ਨ ਤੋਂ ਮਿਲ ਜਾਂਦੇ ਆ ਅਦਰ ਫੂਡ ਕੈਨਸ ਐਂਡ ਸਪਾਈਸਿਸ ਨੂੰ ਮੈਂ ਕਿੱਦਾਂ ਆਰਗੇਨਾਈਜ਼ ਕਰਦੀ ਆ ਉਹ ਅਪਕਮਿੰਗ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਡਿਟੇਲ ਦੇ ਵਿੱਚ ਸ਼ੇਅਰ ਕਰੂੰਗੀ ਸੋ 스테 ਟੈਂਟ ਫਾਰ दैट ਵੀਡੀਓ ਹੁਣ ਮੈਂ ਤੁਹਾਨੂੰ ਆਪਣੀ ਕਿਚਨ ਪੈਂਟਰੀ ਦਾ ਟੂਰ ਦਊਂਗੀ ਐਂਡ ਸ਼ੇਅਰ ਕਰੂੰਗੀ ਕਿ ਮੇਰੀ ਕਿਚਨ ਪੈਂਟਰੀ ਦੇ ਵਿੱਚ ਕੀ ਕੀ ਹੈਗਾ ਸਭ ਤੋਂ ਟੌਪ ਸ਼ੈਲਫ ਤੇ ਮੈਂ ਰੱਖੀਆਂ ਹੈਗੀਆਂ ਬਾਸਕਟਸ ਜ ਸੈਕਿੰਡ ਸ਼ੈਲਫ ਤੇ ਮੈਂ 올 ਟਾਈਪ ਆਫ ਪਾਲਸ ਲਾਈਕ ਦਾਲਾਂ ਰੱਖੀਆਂ ਆ ਇੰਡੀਅਨ ਦਾਲਾਂ ਜਿਹੜੀ ਮੈਂ ਆਪਣੇ ਫੂਡ ਦੇ ਵਿੱਚ ਯੂਜ਼ ਕਰਦੀ ਆ ਇਸੇ ਸ਼ੈਲਫ ਤੇ ਅਦਰ ਸਾਈਡ ਮੈਂ ਰੱਖਿਆ 올 ਟਾਈਪ ਆਫ ਨਟਸ ਲਿਜ਼ਾਨੀਆ ਸਰਕੇਰੀ ਐਂਡ ਔਨ ਅ ਥਰਡ ਸ਼ੈਲਫ ਆਈ ਹੈਵ 올 ਟਾਈਪ ਆਫ ਪਾਸਤਾ ਆਲਮੰਡ ਫਲਾਵਰ ਮੈਕਰੋਨੀ ਓਟਸ ਐਂਡ ਕੌਰਨ ਫਲਾਵਰ ਐਂਡ ਚਿਕਵੀ ਫਲਾਵਰ ਅਨਦਰ ਫੂਡ ਸਟੋਰੇਜ ਲਈ ਮੈਂ ਮੋਸਟਲੀ ਗਲਾਸ ਦੇ ਕੰਟੇਨਰ ਯੂਜ਼ ਕੀਤੇ ਇੱਥੇ ਹੈਗੇ ਰਾਈਸ ਪੀਸ ਆਫ ਫਲਾਵਰ 슈ਗਰ ਬ੍ਰਾਊਨ ਰਾਈਸ ਐਂਡ ਆਲ ਪਰਪਸ ਫਲਾਵਰ ਐਂਡ ਔਨ ਆਪੋਜ਼ਿਟ ਸਾਈਡ ਆਈ ਹੈਵ ਚਾਈ ਪੱਤੀ ਸੇਵੀਆ ਦਲੀਆ ਪਾਸਤਾ ਸ਼ੈਲਸ ਫੈਟਾਸੀਨੀ ਐਂਡ ਨੂਡਲਸ and on a last shelf i always keep containers empty so jinni bhi meri refill hundi hai na de vich main extra rakhdi ha ਨੈਕਸਟ ਵੀਡੀਓ ਦੇ ਵਿੱਚ ਮੈਂ ਅਨਦਰ ਲੈਫਟਓਵਰ ਗ੍ਰੋਸਰੀ ਤੁਹਾਨੂੰ ਸ਼ੇਅਰ ਕਰੂੰਗੀ ਜਿਹਦੇ ਵਿੱਚ ਅਨਦਰ ਫੂਡ ਕੈਨਸ ਐਂਡ ਨੱਟਸ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਹਜੇ ਤੱਕ ਸ਼ੇਅਰ ਨਹੀਂ ਕੀਤੀਆਂ ਐਂਡ ਆਲ ਸਪਾਈਸਿਸ ਉਹਨਾਂ ਨੂੰ ਮੈਂ ਕਿੱਟਾ ਆਰਗੇਨਾਈਜ਼ ਕਰਦੀ ਆ ਸੋ ਸਟੇ ਟਿਊਨ ਫਾਰ ਅਪਕਮਿੰਗ ਵੀਡੀਓ ਸੋ ਨੈਕਸਟ ਵੀਡੀਓ ਦੇ ਵਿੱਚ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕਰੂੰਗੀ ਐਂਡ ਜੇ ਤੁਹਾਡੇ ਕੋਲ ਕਿਚਨ ਪੈਂਟਰੀ ਨਹੀਂ ਵੀ ਹੈਗੀ ਤਾਂ ਤੁਸੀਂ ਕਿੱਥੇ ਉਹ ਐਕਸਟਰਾ ਚੀਜ਼ਾਂ ਰੱਖ ਸਕਦੇ ਆ ਹੁਣ ਮੇਰੀ ਕਿਚਨ ਪੈਂਟਰੀ ਐਕਸਾਈਡ ਹੋ ਗਈ ਆ ਫੋਰ ਸੋ ਹੁਣ ਮੇਰੇ ਕੋਲ ਅਨਦਰ ਸਾਈਡ ਹੈਗੀ ਆ ਜਿੱਥੇ ਮੈਂ ਕੀ ਕੀਤਾ ਕਿ ਕਿਦਾਂ ਤੁਸੀਂ ਆਪਣੀ ਕਿਚਨ ਪੈਂਟਰੀ ਨੂੰ ਆਰਗੇਨਾਈਜ਼ ਕਰ ਸਕਦੇ ਆ ਕਿਚਨ ਪੈਂਟਰੀ ਆਰਗੇਨਾਈਜੇਸ਼ਨ ਆਈਡੀਆਸ ਟੂਡੇ ਨਾਲ ਸ਼ੇਅਰ ਕੀਤੇ ਆ ਐਂਡ ਜੇ ਤੁਹਾਡੇ ਕੋਲ ਛੋਟੀ ਹੈਗੀ ਹੈ ਕਿਚਨ ਪੈਂਟਰੀ ਤੇ ਉਹਨੂੰ ਤੁਸੀਂ ਵੱਡੀ ਸਪੇਸ ਕਿਦਾਂ ਦੇ ਸਕਦੇ ਆ ਆਈ ਹੋਪ ਯੂ ਲਾਈਕ ਟੂਡੇਸ ਵੀਡੀਓ ਇਫ ਯੂ ਲਾਈਕ ਥਿਸ ਵੀਡੀਓ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਟੂ ਮਾਈ ਚੈਨਲ ਲਾਈਕ ਥਿਸ ਵੀਡੀਓ ਨਾਓ ਆਈ ਵਿਲ ਸੀ ਯੂ ਇਨ ਅਨਦਰ ਕਮਿੰਗ ਵੀਡੀਓ ਅੰਟਿਲ देन ਠੀਕ ਹੈ ਗਾਇਜ਼ ਲਵ ਯੂ ਐਂਡ ਬਾਏ ਗਾਇਜ਼